ਫਿਰੋਜ਼ਪੁਰ ਲੋਕ ਸਭਾ ਦੇ ਸੰਸਦ ਮੈਂਬਰ ਅਤੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਵਿੱਚ ਆਪਣਾ ਧੰਨਵਾਦੀ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਕਾਂਗਰਸ ਸਰਕਾਰ 'ਤੇ ਕਈ ਸ਼ਬਦੀ ਹਮਲੇ ਕੀਤੇ। ਇਸ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਕਰਤਾਰਪੁਰ ਕੋਰੀਡੋਰ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਅਕਤੂਬਰ ਦੇ ਪਹਿਲੇ ਹਫ਼ਤੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰਨਗੇ। ਦੁੱਖ ਹੈ ਕਿ ਜਿਹੜੀ ਫੰਡ ਹੈ, ਜਿਹੜੀ ਮਿਊਨਸੀਪਲ ਕਮੇਟੀ ਜਿਵੇਂ ਫਾਜ਼ਿਲਕਾ ਦੇ 20 ਕਰੋੜ ਰੁਪਇਆ ਉਹਨਾਂ ਦੀ ਜ਼ਮੀਨ ਦਾ ਆਇਆ, ਉਹ ਵੀ ਰੋਕ ਲਾ ਰਹੀ ਹੈ। ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ? ਆਹ ਸੈਂਟਰ ਦਾ ਕੋਈ ਪੰਜਾਬ ਦਾ ਫੰਡ ਨਹੀਂ, ਉਹ ਕਮੇਟੀ ਦਾ ਫੰਡ ਹੈ। ਅਤੇ ਮੈਂ ਤਾਂ ਸਰਕਾਰ ਨੂੰ ਕਹਿਣਾ ਚਾਹੁੰਦਾ, ਇਹ ਜੇ ਛੋਟੇ ਗੰਦੇ ਕੰਮ ਨਾ ਕਰੋ, ਲੋਕਾਂ ਦੇ ਡਿਵੈਲਪਮੈਂਟ ਦੇ ਕੰਮ ਰੋਕੀ ਜਾਂਦੇ ਹੋ, ਬਹੁਤ ਮਾੜੀ ਗੱਲ ਹੈ। ਕਰਤਾਰਪੁਰ ਲਾਂਘੇ ਲੈ ਕੇ ਕਾਂਗਰਸ ਦੀ ਦੁਵਿਧਾ 'ਚ ਵੀ ਕਹਿ ਰਹੀ ਕੰਮ ਪੂਰਾ ਹੋਏਗਾ, ਸਮੇਂ ਸਿਰ ਨਹੀਂ ਹੋਏਗਾ। ਇੱਕ ਢਿੱਲਾ ਕੰਮ ਚੱਲ ਰਿਹਾ, ਕੰਮ ਚੱਲ ਰਿਹਾ ਆਪਣੇ ਸਾਈਡ ਤੋਂ ਪੂਰੀ ਸਪੀਡ ਨਾਲ ਕੰਮ ਹੈ। ਠੀਕ ਹੈ ਜੀ, ਪ੍ਰਧਾਨ ਮੰਤਰੀ ਜੀ ਨੇ ਕਲੀਅਰ ਕਰਤਾ, ਮੈਂ ਪਹਿਲੇ ਹਫ਼ਤੇ ਅਕਤੂਬਰ 'ਚ ਆ ਕੇ ਉਹਨਾਂ ਨੇ ਉਦਘਾਟਨ ਕਰ ਦੇਣਾ। ਅਸੀਂ ਕਲੀਅਰ ਕੀਤਾ ਕਿ ਇਸ ਵੇਲੇ ਕਨਾਲ ਹੀ ਹੈ ਨਹੀਂ, ਹੁਣ ਜ਼ਮੀਨ ਅਸੀਂ ਲੋਕਾਂ ਨੂੰ ਵਾਪਸ ਕਰਤੀ ਹੈ ਅਤੇ ਉੱਥੇ ਬਣ ਹੀ ਨਹੀਂ ਸਕਦੀ। ਮੈਂ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ, ਪਿਛਲੀ ਵਾਰ ਕਾਂਗਰਸ ਨੇ ਹੀ ਇਸ ਵੇਲੇ ਕਨਾਲ ਦਾ ਟੱਕ ਲਾਇਆ ਸੀ ਇੰਦਰਾ ਗਾਂਧੀ ਦੇ ਕਹਿਣ 'ਤੇ, ਹੁਣ ਨਾ ਕਿਤੇ ਪੰਗਾ ਲੈ ਲੈਣ। ਪ੍ਰਤਾਪ ਸਿੰਘ ਬਾਜਵਾ ਨੇ ਐਲੀਗੇਸ਼ਨ ਲਗਾਇਆ ਕੈਪਟਨ ਸਰਕਾਰ ਦੇ, ਏਜੀ ਦੇ, ਇਹਦੇ ਬਾਰੇ ਕੀ ਕਹੋਗੇ ਜੀ? ਬੜਾ ਸੀਰੀਅਸ ਮੈਟਰ ਹੈ ਜੇ ਪ੍ਰਤਾਪ ਸਿੰਘ ਬਾਜਵਾ ਨੇ ਲਾਇਆ, ਐਕਸ ਪ੍ਰੈਜ਼ੀਡੈਂਟ ਹੈ, ਉਹਨੂੰ ਪਤਾ ਕੀ ਹੋ ਰਿਹਾ ਜੀ। ਇਹਦਾ ਮਤਲਬ ਡਬਲ ਗੇਮ, ਪੰਜਾਬ ਦੀ ਜਨਤਾ ਚਾਹੁੰਦੀ ਹੈ ਸੱਚੀ ਹੈ।